पंजाब के जिला मोगा के मैजिस्टिक रोड स्थित एक मोबाइल शॉप जिसका नाम राज मोबाइल केयर है, जिस पर सेल टैक्स विभाग की तरफ से शिकायत मिलने पर छापेमारी की गई है, जिसमें उनके द्वारा काफी कागजात अपने कब्जे में लिए गए हैं और सरकार को कितने पैसों को चुना इस शॉप मालिक द्वारा लगाया जा रहा था उसका पता पूरी जाँच के बाद ही लग सकेगा। ਸਾਨੂੰ ਸ਼ਿਕਾਇਤ ਮਿਲੀ ਗਈ ਜਿਹੜੀਆਂ ਉਹਦੇ ਕੋਲ ਕੁਛ ਮਾਲ ਆਇਆ ਹੈ ਜਿਸ ਦਾ ਡਾਊਟ ਬਿੱਲ ਹੈ ਅਤੇ ਉਹ ਅਸੀਂ ਜਿਹੜਾ ਮਾਲ ਹੈਗਾ ਉਹ ਅਸੀਂ ਨੋਟ ਕਰ ਲਿਆ ਹੈ ਅਤੇ ਬਿੱਲ ਇਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਜਿਹੜਾ ਹੈ ਉਹ ਪ੍ਰੋਡਿਊਸ ਕਰ ਲਵੋ। ਇਹ ਕਹਿੰਦੇ ਕਿ ਬਿੱਲ ਜਿਹੜੇ ਆ ਸਾਡੇ ਉਹ ਮਨੀਮ ਦੇ ਕੋਲ ਅਸੀਂ ਪਹੁੰਚਾ ਦਿੱਤੇ ਅਤੇ ਉਹ ਬਿੱਲ ਲੈ ਕੇ ਦਫ਼ਤਰ ਦੇ ਵਿੱਚ ਪਹੁੰਚ ਜਾਂਗੇ ਅਤੇ ਉਸ ਤੋਂ ਬਾਅਦ ਅਸੀਂ ਉਸਦੇ ਅਕੋਰਡਿੰਗ ਦੀ ਕਾਰਵਾਈ ਕਰਾਂਗੇ। ਯਹਾਂ ਪੇ ਕੋਈ ਮਿਲਾ ਜਿਸਕੇ ਵਜ੍ਹਾ ਸੇ ਆਪਕੋ ਡਾਊਟ ਹੋਗਾ? ਨਹੀਂ, ਇਸ ਤਰ੍ਹਾਂ ਮੌਕੇ ਦੇ ਉੱਤੇ ਜਿਹੜਾ ਹੈ ਉਹ ਨਹੀਂ ਪਤਾ ਲੱਗਦਾ ਹੁੰਦਾ। ਅਸੀਂ ਜਿਹੜਾ ਹੈ ਸਟਾਕ ਜਿਹੜਾ ਇਹਨਾਂ ਦਾ ਨਵਾਂ ਆਇਆ ਹੈ ਉਹ ਚੈੱਕ ਕਰ ਲਿਆ ਹੈ, ਨੋਟ ਕਰ ਲਿਆ ਹੈ ਅਤੇ ਉਸਦੇ ਅਕੋਰਡਿੰਗਲੀ ਜੇ ਇਹਨਾਂ ਦਾ ਵੇਰੀਫਾਈ ਹੋ ਜਾਂਦਾ ਠੀਕ ਹੈ, ਜੇ ਨਹੀਂ ਵੇਰੀਫਾਈ ਹੁੰਦਾ ਤਾਂ ਫਿਰ ਉਹਦੇ ਉੱਤੇ ਜਿਹੜੀ ਕਾਰਵਾਈ ਹੁੰਦੀ ਹੈ। देश विदेश टीवी के लिए मोगा से नवीन सिंगला के साथ लक्ष्मणजीत सिंहपुर बाकी विशेष रिपोर्ट। नवीं अते ताज़ा खबरां देखने लई साडे यूट्यूब चैनल देश विदेश टीवी नू लाइक शेयर सब्सक्राइब किया जाए।